ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ? ਆ ਰਾਤ ਆਪਾਂ ਨਵੀਆਂ ਮੋਟਰਾਂ 'ਤੇ ਪਾਣੀ ਛੱਡਤਾ ਜੀ, ਇੱਕ ਮੋਟਰ ਹੀ ਚਲਾਈ ਸੀ ਅਤੇ ਭਰਤਾ ਉਹਨੇ ਵੀ ਕਾਫੀ ਤਾਂ ਖੇਤ ਦਾ, ਹੈ ਨਾ। ਅੱਜ ਹੁਣ ਚਲਾਵਾਂਗੇ ਚਾਰੇ ਮੋਟਰਾਂ ਅਤੇ ਲੱਗੇ ਹੋਏ ਆ ਕੰਮ ਕਾਰ ਮਾੜਾ ਮੋਟਾ ਜਿਹੜਾ ਰਹਿੰਦਾ ਵਾ ਖਾਲਾ ਬੰਨਿਆਂ ਦਾ, ਅਤੇ ਅੱਜ ਚੱਲ ਕੇ ਹੋਜੂ ਕਿਉਂਕਿ ਇਹਦੀ ਵਾਰੀ ਸੀਗੀ ਰਾਤ 9 ਵਜੇ ਦੀ, ਅਤੇ ਫਿਰ 9 ਵਜੇ ਤੋਂ ਦਿਨ ਨਹੀਂ ਸੀ ਬਣਦਾ, ਫਿਰ ਇਹ 12 ਵਜੇ ਆਈ। ਹੁਣ ਕੱਲ੍ਹ ਤੋਂ 9 ਵਜੇ ਆਊ, ਹੋਰ ਪਾਸੇ ਅਜੇ ਕਿਸੇ ਪਾਸੇ ਫੀਡਰ ਚੱਲੇ ਨਹੀਂ, ਅਤੇ ਆਪਾਂ ਇਹਦੀ ਬੰਦੇ ਛੱਡ ਕੇ ਹੁਣ ਮੁੜ ਚੱਲੇ ਹਾਂ, ਅਤੇ ਜਾ ਕੇ ਦੇਖਦੇ ਹਾਂ ਕੰਮ ਕਾਰ ਕੀ ਚੱਲਦਾ। ਹਾਂਜੀ ਵੀਰੇ, ਆਹ ਦੇਖੋ ਜਿਵੇਂ ਆਹ ਅੱਗ ਲੱਗੀ ਆ, ਇਹਦੇ ਵਿੱਚ ਤਾਂ ਹੋ ਗਿਆ ਸਫਾਈ, ਪਰ ਇਹਦੇ ਵਿੱਚ ਵੀ ਗੁੱਲ ਬਹੁਤ ਤਰਨੇ ਆ, ਹੈ ਨਾ। ਜਿਹੜੀ ਆਹ ਅੱਗ ਲੱਗੀ, ਆਪਾਂ ਨਹੀਂ ਇਹ ਲਾਈ, ਕਿਸੇ ਨੇ ਲਾਈ ਹੋਈ ਆ। ਮੈਂ ਤਾਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਹੈ ਨਾ, ਤੁਹਾਨੂੰ ਦਿਖਾਊਂਗਾ ਵੀ ਕੱਦੂ ਕਰੇ ਤੋਂ ਬਾਅਦ ਵੀ ਦੇਖਿਓ ਤੁਸੀਂ। ਅਤੇ ਜਿਹੜਾ ਆਹ ਖੇਤ ਆ, ਇਹਦੇ ਵਿੱਚ ਤਾਂ ਤੁਸੀਂ ਹੈਰਾਨ ਹੀ ਹੋ ਜਾਓਗੇ ਕਿ ਆਹ ਇੰਨੇ ਕੁ ਟੰਡੇ ਤਰਨੇ, ਠੀਕ ਨਹੀਂ। ਅਤੇ ਤੁਸੀਂ ਦੇਖਿਓ ਵੀ ਕਿੰਨੇ ਟੰਡੇ ਤਰਨਗੇ, ਤੁਸੀਂ ਹੈਰਾਨ ਹੋਵੋਗੇ। ਮੈਂ ਤੁਹਾਨੂੰ ਦਿਖਾਊਂਗਾ ਕਿ ਚਲੋ ਉਹਦਾ ਆਪੋ ਆਪਣੀ ਸੋਚ ਆ, ਹੈ ਨਾ ਵੀਰੇ। ਅੱਗ ਲਾਉਣਾ ਮੈਂ ਨਹੀਂ ਗਾ, ਆਪਾਂ ਕਿਸੇ ਨੂੰ ਨਹੀਂ ਕਹਿੰਦੇ ਵੀ ਅੱਗ ਨਾ ਲਾਓ ਜਾਂ ਜੋ ਕੁਛ ਮਰਜ਼ੀ ਕਰੋ, ਪਰ ਨਾ ਜੇ ਤੁਸੀਂ ਦੇਖੋ ਕਿ ਜਿਵੇਂ ਹੁਣ ਆਹ ਟੰਡੇ ਆ, ਜੇ ਇਹਨਾਂ ਨੂੰ ਟੰਡਿਆਂ ਨੂੰ ਇੱਦਾਂ ਹੀ ਛੱਡ ਕੇ ਪਾਣੀ ਆਪਾਂ ਵਾ ਦਿੰਦੇ ਨਾ ਵੀਰੇ, ਪਤਾ ਵੀ ਨਹੀਂ ਲੱਗਦਾ ਕਿ ਉੱਥੇ ਮੱਕੀ ਬੀਜੀ ਸੀ ਕਿ ਨਹੀਂ ਬੀਜੀ ਸੀ, ਇੰਨਾ ਫਰਕ। ਅਤੇ ਆਪਣੇ ਖੱਤੇ ਵਿੱਚ ਖਾਦ ਇੰਨੀ ਕੁ ਜ਼ਿਆਦਾ ਪੈਂਦੀ ਆ ਨਾ ਤੁਸੀਂ, ਹਾਂ ਪਹਿਲਾਂ ਜ਼ਰੂਰ ਉਹਦੀ ਗੈਸ ਕੱਢਣੀ ਪੈਂਦੀ ਆ, ਇੱਕ ਦਿਨ ਅੱਜ ਵਾਹ ਕੇ ਵਾਹ ਦਿਓ ਉਵੇਂ ਪਾਣੀ ਛੱਡ ਕੇ, ਹੈ ਨਾ, ਇੱਕ ਦਿਨ ਦੋ ਦਿਨ ਬਾਅਦ ਇੱਕ ਡੇਢ ਦਿਨ ਬਾਅਦ ਉਹਨੂੰ ਫੇਰ ਵਾਹ ਦਿਓ ਬਸ। ਐਨ ਮੈਂ ਕਹਿੰਦਾ ਖੱਤੇ 'ਚ ਪਤਾ ਵੀ ਨਹੀਂ ਲੱਗਦਾ। ਆਪਾਂ ਤੁਹਾਨੂੰ ਵੀਰੇ ਦਿਖਾਵਾਂਗੇ ਐਗਜ਼ਾਮਪਲ, ਤੁਸੀਂ ਆਪ ਦੇਖਿਓ ਫਿਰ ਤੁਸੀਂ ਆਪ ਕਹੋਗੇ ਕਿ ਹਾਂ ਸਹੀ ਆ ਇਹ। ਇੱਦਾਂ ਤਾਂ ਮੱਕੀ ਦੇ ਟੰਡੇ ਵੀਰੇ ਅੱਧਾ ਅੱਧਾ ਕਿੱਲਾ ਖਤਮ ਕਰ ਦਿੰਦੇ ਆ ਵੱਡੇ ਕਿਆਰੇ ਦਾ ਜਦੋਂ ਹਵਾ ਆ ਜਾਵੇ। ਆਪਾਂ ਰਾਤ ਕਰਾਹ ਲਾਇਆ ਸੀਗਾ, ਦੇਖ ਲਓ ਇੰਨੇ ਇੱਕੋ ਰੇਸੀ ਦੇ ਵਿੱਚ ਚੱਕਿਆ ਆਪਾਂ ਕਿ ਮਾੜਾ ਜਿਹਾ ਬਸ, ਉਹ ਵੀ ਆ ਇਹਨਾਂ ਨੇ ਸਵੇਰੇ ਸਵੇਰੇ ਨਾ ਜੰਬੀ ਪਏ ਹੋਣੇ ਇੱਥੋਂ ਮੂਹਰੋਂ ਨੀਵਾਂ ਕਰਤਾ, ਕਿਉਂਕਿ ਉਰੋਂ ਮੋੜ ਮੋੜ ਕੇ ਜ਼ਿਆਦਾ ਕਰਾਹ ਭਰੇਗਾ। ਅਤੇ ਉਦੋਂ ਬਾਅਦ ਜਦੋਂ ਤੋਂ ਮੈਂ ਆ ਗਿਆ, ਐਨ ਪੂਰਾ ਇਹ ਜੰਬੀ ਬਾਈ ਹੋਣੀ ਜ਼ਿਆਦਾ ਭਰਦੇ ਸੀ, ਮੈਂ ਕਿਹਾ ਬਸ ਕਰੋ ਵੀ ਇਦੂ ਵੱਧ ਹੋਰ ਨਹੀਂ ਆਪਾਂ ਖਿੱਚਣਾ, ਅਤੇ ਆਪਾਂ ਜਦੀ ਬੰਦ ਕਰਤਾ ਬਸ ਖਿੱਚਣਾ ਕਰ, ਅਤੇ ਬਸ ਉਹਦੇ ਚੱਕਰ ਦੇ ਵਿੱਚ ਆਪਾਂ ਐਨ ਪੂਰਾ ਸੈੱਟ ਆ ਕਰਤਾ, ਕੋਈ ਵੀ ਦਿੱਕਤ ਨਹੀਂ ਹੈਗੀ। ਬਸ ਮਾੜਾ ਮੋਟਾ ਵਾ ਇੱਥੇ ਖਾਲ ਸੀ ਉੱਚਾ ਵਾਲਾ ਸਾਈਡ 'ਤੇ, ਜਦੋਂ ਟਾਇਰ ਚੱਕੇ ਜਾਏ ਨਾ ਆ ਦੇ ਤਾਂ ਇੱਥੋਂ ਨੀਵਾਂ ਕਰਦਾ ਇਹਨਾਂ ਨੇ ਵਾਰ ਵਾਰ, ਉਰੋਂ ਵਾਲੇ ਕਰਾਹ ਭਰੀ ਗਏ ਇਹ ਵਾਰ ਵਾਰ ਮੋੜ ਮੋੜ ਕੇ ਨਾ, ਉਰੋਂ ਹੀ ਕਰਾਹ ਭਰੀ, ਉਹ ਪਰਲਾ ਪਾਸਾ ਸਾਰਾ ਸਹੀ ਆ, ਆਹੀ ਇੱਥੋਂ ਮੋੜ ਮੋੜ ਕੇ ਭਰੀ, ਇੱਧਰ ਵੀ ਸਾਰੇ ਸਹੀ ਆ, ਜਿੱਧਰ ਮਿੱਟੀ ਸਿੱਟੀ ਆ ਉਹ ਵੀ ਐਨ ਪੂਰਾ ਠੀਕ ਆ ਬਾ, ਮਾੜਾ ਮੋਟਾ ਹੀ ਆ, ਥੋੜ੍ਹੇ ਜਿਹੇ ਟਾਈਮ 'ਚ ਹੋ ਜਾਣਾ। ਅਤੇ ਚਲੋ ਫਿਰ ਇਹ 'ਚ ਪਾਣੀ ਛੱਡਣ ਵਾਲੇ ਬਣ ਗਏ ਆਪਾਂ, ਪਾਣੀ ਛੱਡਾਂਗੇ ਵੀ ਸਹੀ ਹੋ ਗਿਆ। ਅੱਗੇ ਨਾ ਉਹਦਾ ਕੀ ਸੀਗਾ, ਆਹ ਖੱਤੇ 'ਚ ਨਾ 2 ਵਾਰ ਝੋਨਾ ਡੁੱਬ ਕੇ ਮਰ ਗਿਆ, ਕਿਉਂਕਿ ਇਹਦਾ ਪਾਣੀ ਨਿਕਲਦਾ ਨਹੀਂ, ਡਾਫ ਲੱਗ ਜਾਂਦੀ ਸੀ ਕਿਸੇ ਪਾਸੇ ਨੂੰ ਜਾਂਦਾ ਨਹੀਂ, ਆ ਛੋਟੀਆਂ ਛੋਟੀਆਂ ਖੱਤੀਆਂ, ਹੁਣ ਬਰੋਬਰ ਹੋ ਗਿਆ, ਜੇ ਪਾਣੀ ਡਾਫ ਨਹੀਂ ਲੱਗੂ ਪਹੀ ਦੇ ਉੱਤੋਂ ਦੀ ਪਾਣੀ ਨਿਕਲ, ਇਹ ਚੱਕਰ। ਹਾਂਜੀ ਵੀਰੇ, ਆਪਾਂ ਲੈ ਕੇ ਆਉਂਦਾ ਮੋਇਸਚਰ ਚੈੱਕ ਕਰਨ ਵਾਲਾ ਮੀਟਰ, ਅਤੇ ਇਹ ਆਪਾਂ ਨੂੰ ਇੰਦਰਜੀਤ ਨੇ ਲਿਆ ਕੇ ਦਿੱਤਾ, ਥਾਂਦੀ ਫਾਰਮ ਵਾਲੇ ਨੇ ਦਿਤਾਲੇ ਆ। ਆਦੇ 41 ਮੋਇਸਚਰ ਆਇਆ,
ਸਹੀ ਚੱਲਦਾ ਵਾ। ਅੱਜ 1 ਵਜੇ ਲਾਈਟ ਆਈ ਆ, ਮੋਟਰਾਂ ਚਲਾਉਣ ਲੱਗੇ ਹੋਏ ਆ। ਆਪਦੀ ਲੇਜ਼ਰ ਚੱਲਦਾ ਸੀਗਾ, ਵਾਹਿਗੁਰੂ ਜੀ ਲਾਤਾ ਆਟੋਮੈਟਿਕ ਬਾਈ। ਇਹਦਾ ਨੱਕਾ ਇੱਧਰੋਂ ਲੱਗ ਜੂ, ਉੱਧਰੋਂ ਉਹ ਚਲਾਉਂਦੇ ਆ। ਤਿੰਨੇ ਚਾਰੇ ਮੋਟਰ ਇੱਕ ਪਾਸੇ ਛੱਡ ਦੇਣੀਆਂ, ਦੇਖਦੇ ਹਾਂ ਕਿਆਰੇ ਭਰਦੇ। ਮਾਰਦੀ ਆ ਛਾਲਾਂ, ਚੱਲ ਪਿਆ ਪਾਣੀ ਅੱਜ ਤੋਂ। ਇੱਧਰ ਚਲਾਈਆਂ ਮੋਟਰ, ਉੱਧਰ ਵੀ ਚਲਾਈਆਂ ਸੀਗੀਆਂ, ਵੀ ਚਲੋ ਦੇਖੀ ਜਾਂਦਾ। ਦੋ ਤਿੰਨ ਜਗ੍ਹਾ ਚਲਾ ਦੀਆਂ ਜਿੱਧਰ ਜਿੱਧਰ ਖਾਲੀ ਆ, ਕਰਦੇ ਵੀ ਉੱਧਰ ਕੱਦੂ ਕਰਕੇ ਰੱਖੀਏ ਤੇ ਚੱਲੀ ਜਾਣਗੀਆਂ ਮੋਟਰ। ਚਲਾ ਜਾ ਉਹਦਾ ਵੀ ਦੇਖੀਏ। ਖੇਤ ਇੰਨਾ ਕਿ ਉੱਚਾ, ਇਹਨੂੰ ਖੇਤ ਨੂੰ ਪਾਣੀ ਦੇਣਾ ਬੜਾ ਔਖਾ ਹੁੰਦਾ ਆਹ ਛੋਟੀ ਜਿਹੀ ਖੱਤੀ ਨੂੰ। ਇਹ 'ਚੋਂ ਵੀ ਫਿਰ ਮਿੱਟੀ ਮੁੱਟੀ ਚੁਕਾ ਕੇ ਅਤੇ ਮਿੱਟੀ ਚੱਕ ਕੇ ਪੱਧਰ ਕਰਤਾ, ਹੁਣ ਇਹਦੇ ਨਾਲ ਹੀ ਮਿਲਾਤਾ ਵੀ ਆਹ ਸਾਰਾ ਖੱਤਾ ਖੁੱਤਾ ਇੱਕੋ ਹੀ ਹੋ ਗਿਆ। ਹੁਣ ਬਸ ਚੱਲੀ ਜਾਊਗਾ ਕੰਮ, ਸਹੀ ਆ ਹੁਣ ਸਾਰਾ ਕੁਛ। ਆ ਯਾਰ ਸਟਾਰਟਰਾਂ ਦੇ ਨਾ ਢੱਕਣ ਨਾ ਖੋਲਿਆ ਕਰੋ, ਇਹ ਬੜੀ ਆਦਤ ਮਾੜੀ ਤੁਹਾਡੀ। ਹੈਲੋ, ਵਧੀਆ ਜੀ ਵਧੀਆ। ਆਓ ਜੀ ਸਿੱਧੀ ਖੱਤੇ ਜੀ ਕਰਦੀ ਆ, ਆਪਾਂ ਧਾਰ ਪੈਂਦੀ ਹੈ ਜੀ, ਹਲੂ ਇੱਧਰ ਹਲੂ ਦੇ ਬਾਅਦ 'ਚੋਂ ਘੁਮਾਵਾਂਗੇ। ਹਲੂ ਇਹਦਾ ਇੱਧਰ ਪੈਂਦਾ ਥੱਲੇ ਡਿੱਗਦਾ ਪਾਣੀ ਤਾਂ ਬੜਾ ਵਧੀਆ, ਕਿਉਂਕਿ ਜਿਹੜਾ ਆਹ ਕਿਆਰਾ ਵਾ ਇਹਨੂੰ ਕੋਲੇ ਕਢਾ ਕੇ ਕੱਦੂ ਕਰਨਾ, ਦੂਜੇ ਲੋਟ ਨਹੀਂ ਕੱਦੂ ਕਰਨਾ, ਵਾਧੂ ਪਾਣੀ ਨਹੀਂ ਛੱਡਣਾ ਪਹਿਲਾਂ, ਨਹੀਂ ਫਿਰ ਟਰੈਕਟਰ ਤੋਂ ਸੂਗਾ। ਨਾਲ ਹੀ ਆਹ 11 ਭਰੇ ਤੋਂ ਬਾਅਦ ਨਾਲ ਹੀ ਵੱਟ ਤੋੜਾਂਗੇ ਅਤੇ ਕੋਲੇ ਟਰੈਕਟਰ ਹੋਊਗਾ ਅਤੇ ਨਾਲ ਹੀ ਕੱਦੂ ਕਰ ਦੇਣਾ, ਉਵੇਂ ਕੱਦੂ ਕਰਨਾ। ਛੋਟੂ ਇੱਧਰੋਂ ਵੀ ਬੰਦ ਕਰ ਦੀ, ਠੀਕ ਆ, ਆਹ ਵੀ ਵੱਟ ਬੰਦ ਕਰ ਪਹਿਲਾਂ ਨਾ, ਜਦੋਂ ਆਹ 11 ਭਰ ਗਿਆ, ਇਹ 11 ਭਰੇ ਅਤੇ ਫਿਰ ਆਹ ਕੱਦੂ ਕਰਾਂਗੇ, ਇਹਦੇ ਵਿੱਚੋਂ ਹੀ ਗਾਹਾਂ ਤੋੜ ਦੇਣਾ, ਠੀਕ ਆ। ਤਿੰਨੇ ਮੋਟਰਾਂ ਇਹ 'ਚ ਛੱਡ ਦੇ, ਇਹ ਕੀਲੇ 'ਚ ਉਹ ਵਾਲੀ ਮੋਟਰ ਆ, ਉਹਦਾ ਵੀ ਪਾਣੀ ਉੱਥੋਂ ਖਾਲ ਦੇ ਕੇ ਮਗਰ ਲੈ, ਉਹਦਾ ਦੋਨਾਂ ਨਹੀਂ ਭਰ ਦੇਣਾ ਹਜੇ ਤਾਂ 11, ਪਰ ਉਹ ਤੀਜੀ ਵੀ ਚਾਲੂ ਕਰਦੇ ਸਮਾਂ 'ਤੇ ਆ, 2-3 11 ਕੱਦੂ ਹੋ ਜਾਣਗੇ ਅੱਜ ਹੀ, ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਹੋ ਜਾਣਗੇ ਸ਼ਾਮ ਤੱਕ। ਪਰ ਇਹ ਟਾਈਮ ਨਾ ਥੋੜ੍ਹਾ ਸ਼ਡਿਊਲ ਜਿਹੜਾ ਵਾ ਇਹ ਗਲਤ ਆ, ਜਿਹੜਾ 1 ਵਜੇ ਵਾਲਾ, ਇਹ ਹੋਣਾ ਚਾਹੀਦਾ ਸ਼ਡਿਊਲ ਥੋੜ੍ਹਾ ਅੱਗੇ ਦਿੱਤਾ, ਵੀ ਇਹ ਨਾ ਇਹਨੇ 1 ਵਜੇ ਚੱਲ ਕੇ ਰਾਤ ਦੇ ਮੈਨੂੰ ਲੱਗਦਾ 8 ਵਜੇ ਤੱਕ ਚੱਲੂ, ਮੈਨੂੰ ਲੱਗਦਾ ਨਾ ਅਜੇ 8 ਘੰਟੇ ਵੀ ਤਾਂ 8 ਵਜੇ ਤੱਕ ਚੱਲਿਆ, ਚਲੋ ਫਿਰ ਵੀ ਠੀਕ ਆ 8 ਵਜੇ ਤੱਕ ਵਾਲਾ, ਕੱਦੂ ਕਰਦੇ ਨੂੰ ਹਨੇਰਾ ਹੋ ਜਾਂਦਾ ਫਿਰ ਹੈ ਨਾ। ਅਤੇ ਜਿਹੜਾ ਸਵੇਰ ਵਾਲਾ ਸ਼ਡਿਊਲ ਆ ਉਹ ਬਾਹਲਾ ਵਧੀਆ, ਵੀ 5-1 ਵਾਲਾ, ਜਿਹੜਾ ਸਾਡਾ ਰਾਤ ਵਾਲਾ ਸ਼ਡਿਊਲ ਆ ਉਹ ਵੀ ਔਖਾ, ਵੀ ਜਿਹੜਾ 9-5 ਆ, ਨਹੀਂ ਪਤਾ ਨਹੀਂ 12-12 9-5 ਆ ਪਤਾ ਨਹੀਂ, ਹਾਂ 9-5 ਆ, ਉਹ ਵੀ ਚਲੋ ਤੜਕੇ ਕੱਦੂ ਕਰ ਲਵੇ ਬੰਦਾ, ਹੁਣ ਠੀਕ ਹੀ ਆ, ਇੰਨੇ ਕੋਈ ਮਾੜੇ ਨਹੀਂ। ਉਹ ਮਾੜੇ ਹੁੰਦੇ ਜਿਹੜੇ ਸਾਡੇ ਰਾਤ ਨੂੰ 12 ਵਜੇ ਭੱਜ ਜਾਂਦੀ ਆ ਲਾਈਟ, ਉਹ ਨਹੀਂ ਸ਼ਡਿਊਲ ਵਧੀਆ, ਠੀਕ ਆ ਵੀ ਦਿਨੇ ਦਿਨੇ ਵਾਲੇ, ਵੀ ਬੰਦਾ ਪਾਣੀ ਸਾਂਭ ਸਕਦਾ। ਹੋਰ ਸਿਰਿਓ ਆ ਕਰਦਾ ਪੌਲੂ ਦਾ ਕੰਮ ਪੂਰਾ ਸੈੱਟ, ਕਿਉਂਕਿ
ਇਹ ਰਾਤ ਅੱਜ ਰਾਤ ਨੂੰ ਇੱਥੇ ਵਾਰੀ ਆ 9 ਵਜੇ ਅਤੇ ਅੱਜ ਚੱਲਣਗੀਆਂ ਮੋਟਰਾਂ ਇੱਦਾਂ ਕਰਦਾ ਇਹਨੂੰ ਫਿੱਟ ਇੱਥੇ ਪਾਣੀ ਡਿੱਗਦਾ ਹੋਜੂ ਆਲੂ ਦੇ ਵਿੱਚੋਂ ਪੈਪ ਲਾਤੀ ਆਪਾਂ ਅਤੇ ਮਸਾਲਾ ਮਸੂਲਾ ਹੱਥ ਦੇ ਨਾਲ ਹੀ ਲਾਤਾ ਆਪਣੇ ਨਰੈਣੇ ਨੇ ਇਹਨੂੰ ਲਿਆ ਕੇ ਦਿੱਤੇ ਮੈਂ ਕਿਹਾ ਤੂੰ ਲਾ ਦੇ ਯਾਰ ਜਾਨੂੰ ਪੱਕ ਜਾਣਾ ਇਹਦਾ ਪੂਰਾ ਵਧੀਆ ਹੋ ਜਾਣਾ ਸੈੱਟ ਅਤੇ ਇੱਥੇ ਪਾਣੀ ਡਿੱਗਦਾ ਹੋ ਗਿਆ ਅਤੇ ਨਾ ਤਾਂ ਹੁਣ ਆਲੂ ਖਰੂਗਾ ਠੀਕ ਨਹੀਂ ਅਤੇ ਪਾਣੀ ਇੰਨੇ ਚ ਆਈ ਜਾਣਾ ਵਧੀਆ ਪੂਰਾ ਨਰੈਣੇ ਮੈਂ ਉਹ ਮੰਗਾਇਆ ਜਿੰਦਾ ਉਹ ਮੋਟਰ ਦਾ ਖਾਲ ਇੱਧਰ ਨੂੰ ਪਾ ਦੇ ਇਕੱਲੀ ਦਾ ਨਹੀਂ ਦੋਨਾਂ ਦਾ ਪਾਉਣਾ ਮੈਂ ਕਹਿੰਦਾ ਇੱਕ ਦਾ ਹੀ ਪਾ ਦੇ ਹਾਂਜੀ ਵੀਰੇ ਆਪਣਾ ਤਰੀਕਾ ਆਹ ਵਾ ਵੀਰੇ ਆਹ ਦੇਖੋ ਪਾਣੀ ਛੱਡਣ ਦਾ ਬਸ ਐਵੇਂ ਮੱਕੀ ਵੱਢੀ ਪਾਣੀ ਛੱਡਤਾ ਇਹਨੂੰ ਇੱਕ ਵਾਰ ਵਾਹ ਦਿਓ ਜਿਵੇਂ ਆਹ ਪਾਣੀ ਛੱਡਿਆ ਹੈ ਨਾ ਇਹਨੂੰ ਇੱਕ ਵਾਰ ਹੀ ਵਾਹਿਓ ਬਸ ਪਾਣੀ ਛੱਡ ਕੇ ਇੱਕ ਵਾਰ ਵਾਹ ਕੇ ਛੱਡ ਦਿਓ ਅਸਲੀ ਮਾਇਨੇ 'ਚ ਜਿਹੜਾ ਮੈਂ ਤੁਹਾਨੂੰ ਦੱਸਦਾ ਨਾ ਇਹਨੂੰ ਇੱਕ ਵਾਰ ਵਾਹ ਕੇ ਛੱਡ ਦਿਓ ਅੱਜ ਹੈ ਨਾ ਕੱਲ੍ਹ ਦਾ ਦਿਨ ਗਲ ਲੈਣ ਦਿਓ ਪਰਸੋਂ ਨੂੰ ਫੇਰ ਵਾਹ ਦਿਓ ਬਸ ਤੁਸੀਂ ਇੰਨੀ ਕੁ ਜਾਣੀ ਕਿ ਮੈਂ ਤੁਹਾਨੂੰ ਗਰੰਟੀ ਦਿੰਦਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਇਹ ਖੱਤੇ ਦੇ ਵਿੱਚ ਕਦੀ ਮੱਕੀ ਲੱਗੀ ਸੀ ਐਡੀ ਗਰੰਟੀ ਮੈਂ ਦਿੰਦਾ ਨਾ ਚਾਹੇ ਲੱਖ ਮੀਂਹ ਪਈ ਜਾਵੇ ਤੁਹਾਡਾ ਇੱਕ ਖੂੰਜੇ 'ਚ ਡਾਲ ਵੀ ਮਰ ਗਿਆ ਮੈਨੂੰ ਫੜ ਲਿਓ ਆ ਕੇ ਵੀ ਇੱਕ ਡਾਲ ਵੀ ਜੇ ਹਵਾ ਦੇ ਨਾਲ ਮਰ ਗਿਆ ਨਾ ਵੀ ਉੱਤੇ ਤੈਰਨ ਦੇ ਨਾਲ ਕੋਈ ਵੀ ਨਹੀਂ ਮਰਦਾ ਵੀਰੇ ਜੇ ਤੁਸੀਂ ਅੱਗ ਲਾ ਕੇ ਬਹੁੰਦੇ ਹੋ ਤਾਂ ਤੁਹਾਡਾ ਅੱਧਾ ਅੱਧਾ ਕਿੱਲਾ ਖਰਾਬ ਕਰ ਦੂ ਜਿੱਦਣ ਮੀਂਹ ਆ ਗਿਆ ਠੀਕ ਨਹੀਂ ਅਤੇ ਇੱਦਾਂ ਕੱਦੂ ਕਰੋ ਬਸ ਐਵੇਂ ਵੱਢ ਕੇ ਮੱਕੀ ਸਿੱਧਾ ਪਾਣੀ ਛੱਡ ਦਿਉ ਅਤੇ ਕੱਦੂ ਕਰ ਦਿਉ ਇੱਕ ਵਾਰ ਅੱਜ ਵਾਹ ਦਿਉ ਇੱਕ ਵਾਰ ਉਦੋਂ 2 ਦਿਨਾਂ ਬਾਅਦ ਇੱਕ ਦਿਨ ਵਿੱਚ ਗੈਪ ਰੱਖ ਕੇ ਫੇਰ ਵਾਹ ਦਿਉ ਬਸ ਸਭ ਤੋਂ ਸੌਖਾ ਤਰੀਕਾ ਵੀਰੇ ਇਹ ਮੱਕੀ ਦੇ ਹੱਲ ਦਾ ਠੀਕ ਨਹੀਂ ਕੋਈ ਮਲਚਰ ਫੇਰਨ ਦੀ ਲੋੜ ਨਹੀਂ ਜਿੰਨਾ ਆਪਾਂ ਮਲਚਰ 'ਤੇ ਵੀ ਤੇਲ ਫੂਕਾਂਗੇ ਫਿਰ ਉਦੋਂ ਬਾਅਦ ਤਵੀਆਂ ਨਾਲ ਵਾਹੁਣ 'ਤੇ ਵੀ ਤੇਲ ਫੂਕਾਂਗੇ ਫਿਰ ਉਦੋਂ ਬਾਅਦ ਦੁਬਾਰਾ ਕੱਦੂ ਕਰਾਂਗੇ ਫਿਰ ਫੂਕਾਂਗੇ ਹੈ ਨਾ ਅਤੇ ਬਸ ਉਹਨਾਂ ਦੇ ਲਈ ਤੁਹਾਡਾ ਇੱਧਰ ਲੱਗਣਾ ਵਾ ਕੋਈ ਦਿੱਕਤ ਨਹੀਂ ਹਾਂ ਬਸ ਇੰਨਾ ਵਾ ਵੀ ਟਰੈਕਟਰ ਜ਼ਰੂਰ ਲੋੜ ਮੰਨਦਾ ਵਾ ਜਦੋਂ ਆਪਾਂ ਕੱਦੂ ਕਰਾਂਗੇ ਟਰੈਕਟਰ ਜ਼ਰੂਰ ਲੋੜ ਮੰਨੂਗਾ ਪਰ ਉਹਦਾ ਹੱਲ ਇਹ ਸਭ ਤੋਂ ਸੌਖਾ ਤਰੀਕਾ ਵਾ ਵੀਰੇ ਵੀ ਆਪਾਂ ਇਹ ਕਰ ਦਈਏ ਅਤੇ ਇਹਦਾ ਸਭ ਤੋਂ ਵੱਡਾ ਬੈਨੀਫਿਟ ਤਾਂ ਇਹ ਆ ਕਿ ਇਹਦੇ ਨਾਲ ਨਾ ਆਪਣਾ ਝੋਨਾ ਨਹੀਂ ਖਰਾਬ ਹੁੰਦਾ ਬਸ ਇਹ 'ਚ ਤੁਸੀਂ ਇੰਨੀ ਗੱਲ ਸੁਣ ਲਿਓ ਵੀ ਜਦੋਂ ਨਾ ਐਂਡ 'ਤੇ ਜਦੋਂ ਝੋਨਾ ਮਹੀਨਾ ਡੇਢ ਮਹੀਨੇ ਦਾ ਹੋ ਗਿਆ ਉਦੋਂ ਬਾਅਦ ਦੇਖਿਓ ਤੁਹਾਡਾ ਝੋਨਾ ਬਰੋਲਾ ਮਰ ਬਣਦਾ ਅਤੇ ਇੱਕ ਤੁਸੀਂ ਮੇਰੇ ਕਹਿਣ 'ਤੇ ਹੈ ਨਾ ਇੱਕ 'ਚ ਚਾਹੇ ਜਿਵੇਂ ਤੁਸੀਂ ਅੱਗੇ ਕਰਦੇ ਹੋ ਅੱਗ ਲਾ ਕੇ ਉਵੇਂ ਆਲੂ ਬੀਜ ਲਿਓ ਜਿਹਨਾਂ 'ਚ ਆਲੂ ਬੀਜਣੇ ਹੀ ਹੁੰਦੇ ਆ ਵੀਰੇ ਹੈ ਨਾ ਅਤੇ ਉਵੇਂ ਆਲੂ ਬੀਜ ਲਿਓ ਅਤੇ ਇੱਕ ਦੇ ਵਿੱਚ ਇਸੇ ਤਰ੍ਹਾਂ ਜਿਵੇਂ ਮੈਂ ਕਿਹਾ ਵਾ ਉਵੇਂ ਆਲੂ ਬੀਜਿਓ ਜੇ ਤੁਹਾਡਾ ਝਾੜ ਦਾ ਨਾ ਫਰਕ ਪਿਆ ਤਾਂ ਮੈਨੂੰ ਦੱਸ ਦਿਓ ਉਹਨੂੰ ਚਾਹੇ ਖਾਦ ਵੀ ਘੱਟ ਪਾ ਦਿਓ ਜੇ ਤੁਹਾਡਾ ਝਾੜ ਦਾ ਨਾ ਫਰਕ ਪਿਆ ਮੈਂ ਤਾਂ ਮੈਨੂੰ ਫੜ ਲਿਓ ਵੀਰੇ ਠੀਕ ਨਹੀਂ ਅਤੇ ਇਹ ਆਪਾਂ ਵੀਰੇ ਉਹੀ ਤਜਰਬੇ ਦੱਸਦਾ ਉਹਨਾਂ ਜਿਹਦੇ ਜਿਹਦੇ ਵਿੱਚ ਆਪਾਂ ਕਾਮਯਾਬ ਹੋਏ ਹਾਂ ਠੀਕ ਨਹੀਂ ਪਹਿਲਾਂ ਬਥੇਰੀਆਂ ਟੱਕਰਾਂ ਮਾਰੀਆਂ ਵੀਰੇ 2011-12 ਤੋਂ ਆਪਾਂ ਤਾਂ ਉਹ ਲਾਉਂਦੇ ਆਉਂਦੇ ਹਾਂ ਮੱਕੀ ਵੱਢਦੇ ਵੀ ਹਾਂ ਉਦੋਂ ਪਹਿਲਾਂ ਤੋਂ ਹੈ ਨਾ ਅਤੇ ਉਦੋਂ ਪਹਿਲਾਂ ਬਥੇਰਾ ਉਦੋਂ ਪਹਿਲਾਂ ਤਾਂ ਅੱਗ ਹੀ ਲਾਉਂਦੇ ਹੁੰਦੇ ਸੀ ਜ਼ਿਆਦਾ ਅੱਗ ਬੰਦ ਹੀ ਨਹੀਂ ਸੀ ਹੁੰਦੀ ਹੈ ਨਾ ਤਾਂ ਅੱਗ ਦਾ ਡਰ ਵੀ ਨਹੀਂ ਹੁੰਦਾ ਤਾਂ ਲਾਉਂਦੇ ਸੀ ਅੱਗ ਵੀਰੇ ਖੁੱਲ੍ਹੇ ਦੇਲਣ ਜਿਵੇਂ ਆਪਣੇ ਸਾਰੇ ਲਾਉਂਦੇ ਉਵੇਂ ਹੀ ਅੱਗ ਲਾਉਂਦੇ ਸੀ ਪਰ ਦਿਮਾਗ 'ਤੇ ਟੈਨਸ਼ਨਾਂ ਬਹੁਤ ਹੁੰਦੀਆਂ ਸੀ ਕਿ ਯਾਰ ਅੱਗ ਲਾਉਣ ਜਾਣਾ ਕਿਸੇ ਦੇ ਸੇਕ ਨਾ ਲੱਗ ਜਾਵੇ ਕਿਸੇ ਦੇ ਝੋਨੇ ਨੂੰ ਸੇਕ ਨਾ ਲੱਗ ਜਾਵੇ ਇਹ ਚੀਜ਼ਾਂ ਦੀ ਬਹੁਤ ਧਿਆਨ ਰੱਖਣਾ ਪੈਂਦਾ ਸੀ ਹੈ ਨਾ ਅਤੇ ਆਹ ਜ਼ਿਆਦਾ ਅੱਗ ਲਾਉਣੋਂ ਬੰਦ ਹੋਇਆ ਕੰਮ ਹੈ ਨਾ ਅਤੇ ਕੋਈ ਟੈਨਸ਼ਨ ਨਹੀਂ ਕੋਈ ਫਰਕ ਨਹੀਂ ਹੈ ਨਾ ਵੀ ਆਰਾਮ ਨਾਲ ਪਤਾ ਵੀ ਅੱਗ ਤਾਂ ਆਪਾਂ ਲਾਉਣੀ ਨਹੀਂ ਟੈਨਸ਼ਨ ਕਾਹਦੀ ਹੈ ਅਤੇ ਵੀ ਕਿਤੇ ਕੋਈ ਟੈਨਸ਼ਨ ਨਹੀਂ ਦਿਮਾਗ 'ਤੇ ਹੁੰਦੀ ਵੀ ਹਾਂ ਅੱਗ ਲਾਉਣ ਜਾਣਾ ਨਹੀਂ ਸਾਲਾ ਪਾਣੀ ਨਾਲ ਭਰ ਭਰ ਕੇ ਟੈਂਕੀਆਂ ਲੈ ਕੇ ਜਾਣੀਆਂ ਵੀ ਕਿਸੇ ਦੇ ਭਾਈ ਸੇਕ ਨਾ ਲੱਗ ਜਾਵੇ ਕਿਸੇ ਦੀ ਮੱਕੀ ਨੂੰ ਸੇਕ ਨਾ ਲੱਗ ਜਾਵੇ ਕਿਸੇ ਦੇ ਐਂ ਨਾ ਲੱਗ ਜਾਵੇ ਜਦੋਂ ਝੋਨਾ ਵੱਢਦੇ ਹੋ ਵੱਢ ਕੇ ਹੱਟਣਾ
ਉਦੋਂ ਤਾਂ ਐਵੇਂ ਹੀ ਲੈ ਕੇ ਜਾਣਾ ਵਾ ਭਾਈ, ਕਿਸੇ ਦੇ ਫਸਲ ਨੂੰ ਸੇਕ ਨਾ ਲੱਗ ਜਾਵੇ। ਆਪਣੇ ਫਾਰਮ ਕੋਲੋਂ ਵੀ ਖਾਲੀ ਹੋ ਗਿਆ, ਹਵਾ ਆਉਂਦੀ ਹੋ ਗਈ ਸਿੱਧੀ ਮੱਕੀ ਦੀ, ਨਹੀਂ ਅੱਗੇ ਮੱਕੀ ਹਵਾ ਰੋਕੀ ਕਰੀ ਸੀ। ਇਹ ਚਲਾਈ ਆ ਦੂਜੀ ਮਸ਼ੀਨ, ਇਹਦੀਆਂ ਚੁੰਝਾਂ ਸਾਰੀਆਂ ਨਵੀਆਂ ਪਾ ਦਿੱਤੀਆਂ। ਉਹ ਤਾਂ ਚੁੰਝਾਂ ਸਹੀ ਵੀ ਸੀਗੀਆਂ, ਪਰ ਚੁੰਝਾਂ ਜੀਆਂ ਸਾਰੀਆਂ ਨਵੀਆਂ ਪਾ ਦਿੱਤੀਆਂ ਲਿਆ ਕੇ। ਇਹ ਆਪਣੇ ਨਾ ਸਾਨੇ ਵਾਲਾ ਅੰਕਲ ਜਮਾਂ ਹੀ ਰਿਜਨਲ ਵਾਂਗੂ ਬਣਾਈਆਂ ਉਹਨਾਂ ਨੇ, ਵੀ ਜਮਾਂ ਹੀ ਉਵੇਂ ਬੈਂਗ ਸਾਰਾ ਕੁਛ ਉਵੇਂ ਹੀ ਦੇ ਕੇ ਬਣਾ ਦਿੱਤੀਆਂ। ਸਾਨੇ ਵਾਲਾ ਅੰਕਲ ਬਲਵੀਰ ਕੰਬਾਈਨ, ਬਲਵੀਰ ਅੰਕਲ ਬਲਵੀਰ ਨੌਵਾਂ, ਜਿੱਥੇ ਸਟੇਸ਼ਨ ਆ ਨਾ ਰੇਲਵੇ ਸਟੇਸ਼ਨ ਆ ਸਾਹਮਣੇ ਵਾਲਾ, ਉਹਦੇ ਕੋਲ ਸ਼ੋਪ ਆ ਇਹਨਾਂ ਦੀ। ਮੈਂ ਕਹਿੰਦਾ ਵੱਟ ਕਰਦੇ ਐਨ ਜਮਾਂ ਹੀ, ਇੱਕ ਵੀ ਗਲੀ ਦਾ ਫਰਕ ਨਹੀਂ ਸੀ, ਜਮਾਂ ਹੀ ਸੇਮ ਡਿਟੋ ਉਵੇਂ ਬਣਾ ਕੇ ਦਿੱਤੀਆਂ, ਜਿਵੇਂ ਪੱਤੀ ਲੱਗੀ ਸੀ ਰਿਜਨਲ ਦੇ ਉਵੇਂ ਹੀ ਪੱਤੀ ਲਾਈ ਆ ਸਾਰਾ ਕੁਛ ਕਰੇ। ਅੱਜ ਇਹ 12:30 ਵਜੇ ਚਲਾਈ ਸੀ, ਅਤੇ ਫਿਰ ਸੈਟਿੰਗ ਸੂਟਿੰਗ ਕਰਨ ਵਾਲੀ ਸੀ ਸਾਰੀ ਇਹਦੀ, ਵੀ ਮੱਕੀ 'ਤੇ ਸੈਟਿੰਗ ਸੂਟਿੰਗ ਕਰਦਿਆਂ ਨੂੰ ਤਾਂ ਹੁਣ ਕੀ ਵੱਢੇ ਗਏ ਇੱਥੇ ਖੱਤਰ, ਹੁਣ ਦੂਜੀ ਮੋਟਰ 'ਤੇ ਚੱਲੇ ਇਹਨਾਂ ਦੇ ਜੱਸੂ ਉਹਨਾਂ ਦੇ, ਅਤੇ ਆਪਣੇ ਨਾਲ ਹੀ ਆ ਮੋਟਰ ਵੀਰੇ ਉਹਨਾਂ ਦੀ ਇਹਨਾਂ ਦੇ। ਅੱਜ ਜੰਬੀ ਬਾਈ ਨੇ ਕਰਤੀ ਸ਼ੁਰੂਆਤ, ਪਹਿਲਾ ਦਿਨ ਕੱਦੂ ਕਰਨਾ, ਦੇਖ ਲਓ ਲੇਜ਼ਰ ਲਾਉਣ ਦੇ ਬਾਅਦ ਹਜੇ ਸੁਹਾਗਾ ਦੇਣਾ ਵਾ ਅਤੇ ਖੜ੍ਹਾ ਨਾ, ਹੜਾਂ ਨਾਲ ਕੱਦੂ ਚੱਲਦਾ। ਉਹ ਕੀ ਫਸਦਾ, ਇੱਟਾਂ ਫਸਦੀਆਂ ਹੋਣਗੀਆਂ ਕਿਉਂਕਿ ਉਹ ਖੱਤੇ 'ਚ ਮਿੱਟੀ ਚੱਕੀ ਤਾਂ ਛੇਤੀ ਕੱਦੂ ਕਰਨ ਲਾਇਆ ਬਾਈ। ਆਹ ਪੱਥਰ ਕਾਹਦਾ, ਲੱਗੇ ਅੱਜ ਪਹਿਲਾ ਦਿਨ ਕੱਦੂ ਕਰਨ ਦਾ। ਬਸ ਵਾਹਿਗੁਰੂ ਅੱਗੇ ਅਰਦਾਸ ਆ ਵਧੀਆ ਸੀਜ਼ਨ ਲੱਗ ਜਾਵੇ। ਇਹ ਆਪਣਾ ਨਵਾਂ ਖੱਤਾ ਪਹਿਲੀ ਵਾਰ ਇਹ 'ਚ ਲੱਗਣਾ ਝੋਨਾ, ਕਿਉਂਕਿ ਜੋ ਮਿੱਟੀ ਚੱਕ ਹੋਈ ਆ ਫੁੱਟ ਫੁੱਟ, ਇਹ ਕਿਆਰੇ 'ਚ ਹੈ ਛੋਟੇ ਜਿਹੇ 'ਚ, ਤਾਂ ਕਰਕੇ ਇਹ 'ਚ ਪਾਣੀ ਨਾਲ ਹੀ ਤੋੜਿਆ ਵੀ ਛੇਤੀ ਵਾਹਿਆ ਜਾਵੇ, ਕਿਉਂਕਿ ਜਿਹੜਾ ਨਵਾਂ ਕੱਦੂ ਕਰਨਾ ਪਹਿਲੀ ਵਾਰ ਉਹਦੀ ਹਮੇਸ਼ਾ ਐਵੇਂ ਹੀ ਰੱਖੇ। ਬਹਿਣ ਲੱਗ ਗਿਆ ਤੇਲਾ, ਬਹਿਣ ਲੱਗ ਗਿਆ ਫਿਰੋਜੂ ਟਰੇਟ ਉਹਦੇ, ਹੈਂ ਪਾਣੀ ਚਲੇ ਗਿਆ ਨਾ, ਰੱਜ ਗਿਆ ਬਸ ਪਾਣੀ। ਹੈਲੋ, ਜਿਹੜਾ ਨਵਾਂ ਖੱਤਾ ਕੱਦੂ ਕਰਨਾ ਉਹਦਾ ਬਸ ਇਹੀ ਤਰੀਕਾ ਹੁੰਦਾ ਵੀ ਪਾਣੀ ਨਾਲ ਦੀ ਨਾਲ ਛੱਡੋ, ਛੋਟੇ ਛੋਟੇ ਕਿਆਰੇ ਪਾ ਦਿਉ ਨਾਲ ਦੀ ਨਾਲ ਪਾ ਲਓ, ਫਿਰ ਨਹੀਂ ਉਹ 'ਚ ਟਰੈਕਟਰ ਦੌੜਦਾ। ਜੇ ਆਪਾਂ ਪਾਣੀ ਰਚਿਆ ਤਾਂ ਫਿਰ ਟਰੈਕਟਰ ਤੋਂ ਸੜਨਾ ਚਾਹੁੰਦਾ। ਹੁਣ ਦੇਖ ਲਓ ਇਹ 'ਚ ਪਾਣੀ ਹਜੇ ਰਚਿਆ ਨਹੀਂ, ਜਾਨੂੰ ਪਾਣੀ ਥੱਲੇ ਤੱਕ ਰਚਣਾ ਧਰਤੀ ਤੱਕ, ਜਾਨੂੰ ਕੱਦੂ ਹੋ ਜਾਣਾ ਇਹਦਾ, ਮੁੜ ਕੇ ਪਾਣੀ ਖੜਾ ਰਹਿਣਾ, ਕੋਈ ਦਿੱਕਤ ਨਹੀਂ। ਲਾਈਟ ਤਾਂ ਆਊਗੀ ਹਜੇ, ਹੋਰ ਕਿ ਨਹੀਂ ਆਉਂਦੇ, ਉਹ ਬਾਰੀ ਤਾਂ 9 ਤੱਕ ਆ, 8 ਆ, ਹਜੇ ਘੰਟਾ ਪਹਿਲਾਂ ਕੱਟ ਲਈ, ਪੂਰੇ 1 ਆ ਗਈ ਸੀ ਫਿਰੋਜੂ ਹੈ ਨਾ। ਆਪਣੇ ਕੋਲ ਜਿਹੜੇ ਸਾਂਭ ਕੱਤੇ ਆ ਉਹਨਾਂ 'ਚ ਨਹੀਂ ਆਪਾਂ ਰੋਟਾਵੇਟਰ ਵਰਤਦੇ, ਉਹਨਾਂ 'ਚ ਹਲ ਸੁਹਾਗੇ ਚੱਲੂਗਾ, ਜਿਨ੍ਹਾਂ 'ਚ ਮੱਕੀ ਆ ਬਸ ਉਹਨਾਂ 'ਚ ਹੀ ਚੱਲਾ ਚੱਲੂ। ਪਹਿਲਾਂ ਤਾਂ ਬਹੁਤ ਗੰਦ ਬੰਨ ਹੁੰਦਾ ਸੀ, ਇਹਦਾ ਵੀ ਗੰਦ ਬੰਨ ਚੱਕਿਆ ਹੁੰਦਾ, ਪਹੀ ਕਿੰਨੀ ਚੌੜੀ ਹੁੰਦੀ, ਪਹੀ ਚੱਕਦੀ ਆ ਬਾਟੀ ਬਣਾ ਦੇਈ ਇਹਦੇ ਉੱਤੋਂ ਤੁਰ ਕੇ ਚੱਲ ਜਾ, ਕੀ ਕਰਨਾ ਮੋਟਰ 'ਤੇ, ਖਾਲ ਖੂਲ ਬਹੁਤ ਹੁੰਦੇ, ਖਾਲ ਚੱਕਦੇ ਸਾਰੇ ਐਨ ਪੱਧਰ ਕਰਦੀ।
ਦਬਣ ਲੱਗ ਗਿਆ ਟਰੈਕਟਰ ਦੇ ਲਾ। ਫੋਰ ਵੀਲ ਕਰਕੇ ਕਰੀ ਜਾਣਾ ਜੇ ਟੂ ਵੀਲ ਹੁੰਦਾ ਫਸ ਜਾਣਾ, ਟੇਢਾ ਜਿਹਾ ਹੋ ਕੇ ਜਦੀ ਸਲਿੱਪ ਕੱਢ ਜਾਣੇ ਜੀ। ਕਈ ਵੀਰਾਂ ਨੇ ਕਹਿਣਾ ਵੀ ਵੀਰੇ ਬੈਟ ਪਾ ਕੇ ਕੱਦੂ ਕਰ ਲਿਆ ਕਰੋ। ਵੀਰੇ ਯਾਰ ਸਾਡੇ ਨਾ ਰਿਵਾਜ਼ ਹੀ ਨਹੀਂ ਹੈਗਾ, ਸਾਡੇ ਪਿੰਡਾਂ ਨਹੀਂ ਬੈਟ ਕੋਈ ਵੀ ਨਹੀਂ ਪਾਉਂਦਾ। ਜਿਹੜੇ ਏਰੀਏ 'ਚ ਰਿਵਾਜ਼ ਆ ਨਾ ਵੀਰੇ ਉੱਥੇ ਹੀ ਰਿਵਾਜ਼ ਹੁੰਦਾ। ਜਿਵੇਂ ਉੱਧਰ ਫਤਿਹਗੜ੍ਹ ਸਾਹਿਬ ਅੰਨੀ ਰਿਵਾਜ਼ ਆਏ ਬਹੁਤ, ਅਮਲੋਹ ਅੰਨੀ ਵੀ ਰਿਵਾਜ਼ ਆ ਦੇ ਲਓ, ਐਂ ਦੱਬ ਜਾਂਦਾ ਇਹ ਨਵਾਂ ਖੱਤਾ ਵਾ ਤਾਂ ਕਰਕੇ ਹੈ ਨਾ। ਇਹ ਜਿਵੇਂ ਫਤਿਹਗੜ੍ਹ ਸਾਹਿਬ ਉੱਧਰ ਰਿਵਾਜ਼ ਆ, ਜਿਹੜੇ ਏਰੀਆ ਜਾਣੀ ਕਿ ਜਿਹੜੀ ਚੀਜ਼ ਦੀ ਟ੍ਰੈਂਡ ਹੁੰਦਾ ਉੱਧਰ ਉਹੀ ਚੱਲੀ ਆ ਚੱਲੀ ਜਾਂਦਾ। ਅਤੇ ਵੀਰੇ ਸਾਡੇ ਏਰੀਏ 'ਚ ਨਾ ਬਿਲਕੁਲ ਰਿਵਾਜ਼ ਨਹੀਂ ਹੈਗਾ ਬੈਟ ਦਾ, ਚਾਹੇ ਜਿੰਨੇ ਮਰਜ਼ੀ ਟਰੈਕਟਰ ਧੋਸਦੇ ਹੋਣ ਸਾਡੇ ਬਿਨਾਂ ਉਹ ਤੋਂ ਹੀ ਕਰ ਦਾਂਗੇ। ਕੱਦੂ ਕਰਨਾ ਕੈਂਸਲ ਕਰ ਦਿੰਦੇ ਆ ਵੀ ਸੁਕਾ ਕੇ ਦੁਬਾਰਾ ਕਰ ਲਾਂਗੇ, ਪਰ ਬੈਟ ਨਹੀਂ ਲਾਉਂਦੇ ਸਾਡੇ, ਜਮਾਂ ਹੀ ਨਹੀਂ ਬੈਟਾਂ ਵਾਲਾ ਸਾਡੇ ਨਾ ਰਿਵਾਜ਼ ਹੈਗਾ ਵੀ ਬੈਟ ਲਾ ਕੇ ਕੱਦੂ ਕਰਨਾ। ਅਤੇ ਬਹੁਤ ਏਰੀਆ ਦੇ ਵਿੱਚ ਹੈਗਾ ਵਾ ਵੀ ਟ੍ਰੈਂਡ ਹੈ ਨਾ, ਉਹੀ ਆ ਸਾਰਿਆਂ ਦਾ, ਸਾਰੇ ਏਰੀਆ ਦਾ ਆਪੋ ਆਪਣਾ ਹੁੰਦਾ। ਹੁਣ ਦੇਖ ਲਓ ਇਹ 'ਚ ਪੂਰਾ ਬੈਠਣ ਲੱਗ ਗਿਆ ਟਰੈਕਟਰ, ਜਗ੍ਹਾ ਜਗ੍ਹਾ ਟਰੈਕਟਰ ਬਹਿ ਰਿਹਾ ਹੈ ਨਾ, ਕਿ ਜੋ ਦੇ ਪੂਰਾ ਪੂਰਾ ਮਗਰੋਂ ਟਰੈਕਟਰ ਬਹਿ ਜਾਂਦਾ ਹੈ ਨਾ। ਅਤੇ ਟਾਇਰ ਫੋਰ ਵੀਲ ਕਰਕੇ ਚੱਲੀ ਜਾਂਦਾ, ਜੇ ਫੋਰ ਵੀਲ ਕਿਤੇ ਨਾ ਹੁੰਦਾ ਫਿਰ ਪੰਗਾ ਪੈ ਜਾਣਾ, ਅਤੇ ਫਿਰ ਪੰਗਾ ਪੈ ਜਾਣਾ ਸੀਗਾ ਜੇ ਫੋਰ ਵੀਲ ਨਾ ਹੋਵੇ। ਅਤੇ ਟੂ ਵੀਲ ਨਾਲ ਕਰਦੇ ਹੁੰਦੇ ਨਾ ਫਿਰ ਤਾਂ ਹੋ ਜਾਣਾ ਹੀ ਹੈ ਜੇ ਟਰੈਕਟਰ, ਉਹ ਤਾਂ ਫੋਰ ਵੀਲ ਕਰਕੇ ਚੱਲੀ ਜਾਂਦਾ, ਇੱਕਦਮ ਹੀ ਬਹਿ ਜਾਂਦਾ ਜਿੱਥੇ ਬਹਿੰਦਾ ਟਰੈਕਟਰ। ਫੋਰ ਵੀਲ ਕਰਕੇ ਜਾਨੂੰ ਮੂਹਰੋਂ ਜ਼ੋਰ ਮਾਰ ਦਿੰਦਾ ਟਰੈਕਟਰ, ਅਤੇ ਸਹੀ ਚੱਲੀ ਜਾਂਦਾ ਉਹਦੇ ਕਰਕੇ। ਹੋਰ ਜਮਾਂ ਹੀ ਟੇਢਾ ਹੋ ਗਿਆ। ਹੈਲੋ।